ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਾਬਕਾ ਸਰਪੰਚ ਮੈਂ ਸੀ ਜੀ ਸਟਾਫ ਮੋਹਾਲੀ ਤੋਂ ਜੀ ਸਬ ਇੰਸਪੈਕਟਰ ਠੀਕ ਹੈ ਜੀ ਬਾਕੀ ਤੁਸੀਂ ਮੈਨੂੰ ਕਰਨ ਅਰੈਸਟ ਕਰਨ ਬਿਲਕੁਲ ਪੁਲਿਸ ਨਾਲ ਗੱਲ ਹੋਈ ਹੈ ਨਾ ਬਾਈ ਜੀ ਮੈਂ ਤੁਹਾਡੇ ਸਰਕਾਰ ਦੇ ਖਿਲਾਫ਼ ਗੱਲ ਕੀਤੀ ਹੈ ਤੁਸੀਂ ਪੁੱਛ ਰਹੇ ਨਾ ਤੁਹਾਨੂੰ ਅਸੀਂ ਇੰਟਰੋਡਕਸ਼ਨ ਦੇ ਦਿੱਤੀ ਸਾਰਾ ਕੁਝ ਦੇ ਦਿੱਤਾ ਕੱਲੀ ਕੱਲੀ ਗੱਲ ਹੋਈ ਸਾਡੀ ਹੁਣ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ਼ ਐਫ ਆਈ ਆਰ ਕੀ ਦਰਜ ਹੈ ਜਗਵੀਰ ਸਿੰਘ ਦਾ ਉਹ ਦੱਸ ਦੇਣੇ ਤੁਹਾਨੂੰ ਨਹੀਂ ਬਰੰਟ ਦਿਖਾਓ ਮੈਂ ਕਿਹਾ ਬਰੰਟ ਐਫ ਆਈ ਆਰ ਬਰੰਟ ਦੀ ਲੋੜ ਨਹੀਂ ਹੁੰਦੀ ਬਾਈ ਜੀ ਬਰੰਟ ਦੀ ਜਿਹੜੀ ਕੋਈ ਲੋੜ ਨਹੀਂ ਹੁੰਦੀ ਬਰੰਟ ਦੀ ਤਾਂ ਲੋੜ ਹੈ ਜੇ ਤੁਹਾਡੀ ਅਸੀਂ ਕੰਧ ਪਾੜ ਕੇ ਟੱਪਾ ਓਪਨ ਬੈਲ ਮਾਰ ਕੇ ਆਏ ਨਹੀਂ ਦੇਖੋ ਇੰਨੀਆਂ ਗੱਲਾਂ ਹੋ ਗਈਆਂ ਤੁਸੀਂ ਹੋਰ ਚਾਹੀਏ ਬਾਈ ਜੀ ਨਾ ਚੱਲੂ ਮੈਂ ਭੱਜਦਾ ਨੀ ਨਹੀਂ ਕੋਈ ਗੱਲ ਨੀ ਪਹਿਲੀ ਗੱਲ ਰੁਕਦਾ ਯਾਰ ਵੇਟ ਕਰੋ ਪਹਿਲੀ ਗੱਲ ਬਾਈ ਜੀ ਅਰੈਸਟ ਕਰਨ ਖਾਤਰ ਬਰੰਟ ਦਿਖਾਉਣੇ ਜ਼ਰੂਰੀ ਹੁੰਦੇ ਵਕੀਲ ਦੱਸ ਦੇ ਪਾਵਰ ਹੈ ਨਾ ਐਫ ਆਈ ਆਰ ਤੁਹਾਡੇ ਕੋਲ ਪਾਵਰ ਆ ਸਾਡੇ ਕੋਲ ਮੈਂ ਮੰਨਦਾ ਤੁਹਾਡੇ ਕੋਲ ਪਾਵਰ ਆ ਐਫ ਆਈ ਆਰ ਦੇ ਮੰਨਦਾ ਤੁਹਾਡੇ ਕੋਲ ਪਾਵਰ ਆ ਪਰ ਤੁਹਾਡਾ ਫਰਜ਼ ਹੈ ਬਰੰਟ ਦਿਖਾਉਣ ਦਾ ਸਾਨੂੰ ਬਰੰਟਾ ਦੀ ਜ਼ਰੂਰਤ ਨਹੀਂ ਹੈ ਮੈਂ ਜੋ ਕਹਿ ਰਿਹਾ ਹੁਣ ਚਲੋ ਹੁਣ ਆਪਾਂ ਜਾਣਾ ਪੈਣਾ ਆਪਾਂ ਮੋਹਾਲੀ ਜਾਣਾ ਠੀਕ ਹੈ ਆਈ ਟੀ ਸਿੱਧੀ ਥਾਣੇ ਪੁਲਿਸ ਸਟੇਸ਼ਨ ਤੁਹਾਡੀ ਐਫ ਆਈ ਆਰ ਲਾਉਣੀ ਸੈਕਸ਼ਨ ਹੀ ਦੱਸ ਰਿਹਾ ਮੈਂ ਹੁਣ 67 ਆਈ ਟੀ ਸਿਟੀ ਉਹ ਤੁਹਾਨੂੰ ਤੁਸੀਂ ਪੁੱਛੋ ਹੋਈ ਹੈ ਤੁਸੀਂ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਸਾਰਾ ਕੁਛ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਹੈ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਚਲੋ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਸਾਨੂੰ ਆਪਣੀ ਡਿਊਟੀ ਕਰਨ ਦੋ ਤੁਸੀਂ ਡਿਊਟੀ ਵਿਘਨ ਪਾਉਂਗੇ ਸੁਣੋ ਬ੍ਰਦਰ ਅਗਰ ਤੁਸੀਂ ਡਿਊਟੀ ਚ ਵਿਘਨ ਪਾਉਂਗੇ ਮੈਂ ਇੱਥੇ ਹੁਣੇ ਇਸੇ ਟਾਈਮ ਨਹੀਂ ਵਿਘਨ ਨਹੀਂ ਪਾਉਂਦੇ ਅਸੀਂ ਵਿਘਨ ਕਿਉਂ ਪਾਵਾਂਗੇ ਕੱਪੜੇ ਪਾ ਲੋ ਇੱਕ ਮਿੰਟ ਰੁਕੋ ਮੈਂ ਮਨਾ ਕੀਤਾ ਵੀ ਕੱਪੜੇ ਨਹੀਂ ਪਾਣੇ ਡਿਊਟੀ ਤੁਸੀਂ ਪਾ ਰਹੇ ਤੁਸੀਂ ਤੁਰਦੇ ਤਾਂ ਹੈ ਨੀ
ਉਹ ਕੀ ਹੁੰਦਾ ਜਦੋਂ ਤੁਰਨਾ ਨੀ ਉਹਨੂੰ ਕੀ ਕਹਿੰਦੇ ਹਸਪਤਾਲ ਬਾਈ ਮੇਰੇ ਦਵਾਈ ਲੈ ਕੇ ਜਾਂਦੇ